ਉਹ ਆਪ ਜੇ ਮਰ ਗਏ ਹੋਏ ਚਾਚੇ ਸਾਡੇ, ਹਾਂਜੀ, ਤੇ ਕੋਈ ਸਾਡੇ ਭਰਾ ਤੋਂ ਕੋਈ ਹੋਣਗੇ ਯਾਰ, ਹੋਣ ਤੇ ਚਲੋ ਦਿਲ ਕਰਦਾ ਉਹਨਾਂ ਨੂੰ ਮਿਲਣੇ ਨੂੰ, ਤੁਸੀਂ ਇਕੱਠੇ ਰਹਿੰਦੇ ਸੀ ਉਹ, ਤੇ ਤੁਹਾਨੂੰ ਭੁੱਲੇ ਨੀ ਇੰਨੇ ਚਿਰ ਚ? ਨਹੀਂ ਭੁੱਲੇ ਨੀ, ਮੈਨੂੰ ਯਾਦ ਆਉਂਦੇ, ਮੇਰਾ ਜੀ ਕਰਦਾ ਉਹਨਾਂ ਨੂੰ ਦੇਖਣੇ ਨੇ। ਯੂਟਿਊਬ ਚੈਨਲ ਟੁੱਟੀਆਂ ਤੰਦਾਂ ਦੇ ਮੰਚ 'ਤੇ ਸਾਰੇ ਦੋਸਤਾਂ ਨੂੰ ਮੁਹੰਮਦ ਆਰਿਫ ਰਸ਼ੀਦ ਸੰਧੂ ਵੱਲੋਂ ਪਿਆਰ ਭਰਿਆ ਸਲਾਮ, ਅਤੇ ਤਾਰੋਂ ਪਾਰ ਬੈਠਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਬਾਬਾ ਸਰਦਾਰ ਜੀ, ਜਿਹੜੇ 1947 ਦੀ ਵੰਡ ਵੇਲੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਸੀਕਰੀ 'ਚੋਂ ਲਹਿੰਦਾ ਪੰਜਾਬ, ਤਹਿਸੀਲ ਕੈਦਾਬਾਦ, ਜ਼ਿਲ੍ਹਾ ਖੁਸ਼ਾਬ, ਪਿੰਡ ਚੱਕ ਨੰਬਰ 40 DB ਵਿੱਚ ਆਏ ਸੀ। ਬਾਬਾ ਜੀ ਨੇ ਆਪਣੀ ਉਮਰ ਦਾ ਬਹੁਤ ਹਿੱਸਾ 75-76 ਸਾਲ ਆਪਣੇ ਪਿੰਡ 'ਚ ਰਹਿ ਜਾਣ ਵਾਲੇ ਵੀਰਾਂ ਜਿਹੜੇ ਸੀਕਰੀ ਵਿੱਚ ਰਹਿ ਗਏ ਸੀ ਉਹਨਾਂ ਦੀ ਯਾਦ ਵਿੱਚ ਕੱਢ ਦਿੱਤਾ, ਅਤੇ ਫਿਰ ਰੱਬ ਨੇ ਸਾਨੂੰ ਮੌਕਾ ਦਿੱਤਾ ਵੀ ਅਸੀਂ ਬਾਬਾ ਜੀ ਨੂੰ ਉਹਦੇ ਪਿੰਡ ਨਾਲ ਅਤੇ ਉਹਦੇ ਭੈਣਾਂ ਭਰਾਵਾਂ ਵਿਛੜਿਆਂ ਨਾਲ ਜੋੜੀਏ। ਅੱਜ ਅਸੀਂ ਇਹ ਟੁੱਟੀਆਂ ਤੰਦਾਂ ਜੋੜਨ ਲਈ ਬਾਬਾ ਜੀ ਕੋਲ ਜਾ ਰਹੇ ਹਾਂ ਉਹਦੇ ਪਿੰਡ, ਤੁਸੀਂ ਸਾਡਾ ਸਾਥ ਦਿਓ। ਉਮੀਦ ਆ ਵੀ ਤੁਹਾਨੂੰ ਸਾਡੀ ਇਹ ਵੀਡੀਓ, ਇਹ ਉਪਰਾਲਾ ਪਸੰਦ ਆਊਗਾ। ਵੀਡੀਓ ਨੂੰ ਲਾਈਕ ਕਰ ਦਿਓ ਜੇ ਚੰਗੀ ਲੱਗੇ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਅਤੇ ਕਮੈਂਟਸ ਵਿੱਚ ਦੱਸਿਓ ਕਿ ਤੁਹਾਨੂੰ ਇਹ ਟੁੱਟੀਆਂ ਤੰਦਾਂ ਜੁੜਦੀਆਂ ਕਿੱਦਾਂ ਦੀਆਂ ਲੱਗੀਆਂ। ਹੈਲੋ, ਹਾਂਜੀ, ਕਰੋ ਗੱਲ ਜੀ। ਹਾਂਜੀ ਬਾਬਾ ਜੀ, ਕਰੋ। ਪਿੰਡ, ਹਾਂਜੀ, ਹੈਲੋ, ਹਾਂ, ਕੌਣ? ਹੈਲੋ ਬਾਬਾ ਜੀ, ਮੱਥਾ ਟੇਕਦਾ। ਹੈਲੋ, ਹਾਂ, ਤੂੰ ਕਿਹਦਾ ਬੇਟਾ? ਹੈਲੋ, ਅਸੀਂ ਤਾਂ ਬਾਬਾ ਜੀ, ਮੈਂ ਉਹਦੇ ਸਾਡੇ ਸੀਗੇ, ਈਸਰ ਸੀ ਮੇਰੇ ਬਾਬੇ ਦਾ ਨਾਂ, ਈਸਰ ਈਸਰਾਮ ਸੀ ਮੇਰੇ ਬਾਬਾ ਜੀ ਦਾ ਨਾਂ। ਹਾਂ ਹਾਂ, ਉਹ ਵੀ ਫੌਤ ਹੋ ਗਿਆ 1984 ਦੇ। ਹਾਂਜੀ ਹਾਂਜੀ, ਹੈਲੋ, ਕੀ ਨਾਂ ਸੀ ਉਹਦਾ? ਈਸਰ, 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 ਈਸਰ ਬਾਬਾ। ਉਹ ਤਾਂ ਬਹੁਤ ਵੱਡਾ ਹੋ ਗਿਆ ਸੀਗਾ। ਹਾਂਜੀ, ਕਾਫੀ ਉਮਰ ਹੋ ਗਈ ਜਦੋਂ ਹਿੰਦੁਸਤਾਨ ਪਾਕਿਸਤਾਨ ਬਣਿਆ ਉਦੋਂ। ਹਾਂਜੀ 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 ਹਾਂਜੀ, ਉਹ ਕਿਤੇ ਜਲਦੀ ਫੌਤ ਹੋ ਗਈ। ਹਾਂਜੀ ਹਾਂਜੀ, ਤੂੰ ਉਹਦਾ ਪੁੱਤਰ ਆ? 1984 ਰੰਗੀਰਾਮ। ਹਾਂਜੀ 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 ਹਾਂਜੀ, ਬਾਬਾ ਸੁਰਜਣ ਸਿੰਘ ਵੀ ਹੈਨੀ ਗਾ, ਸੁਰਜਣ ਸਿੰਘ ਉਹਨਾਂ ਦੀ ਹਵੇਲੀ ਦੇ ਸਾਹਮਣੇ ਸਾਡੀ ਹਵੇਲੀ ਸੀਗੀ। ਕੋਹਲੂ ਹੁੰਦਾ ਸੀ ਤੇਨੀਆਂ ਦਾ, ਸਾਡੇ ਆਲੇ ਪਾਸੇ ਬੋਰਡ ਦੇ ਲਾਗੇ।
ਤੇਲੀਆਂ ਦਾ ਕੋਲੂ ਸੀਗਾ ਬੋਰਡ ਨਹੀਂ ਉਹ ਜਿਹੜੀ ਬੋਰਡ ਉਹਤੋਂ ਚੜ੍ਹਦੇ ਪਾਸੇ ਜਿਹੜਾ ਰਾਹ ਜਾਂਦਾ ਸੀ ਉਹਦੇ ਤੇ ਹਵੇਲੀ ਨੇ ਸੀ ਉਹ ਗੱਜੂ ਹੋਣਾ ਦੀ ਸੁਰਜਨ ਸਿੰਘ ਹੋਣਾ ਦੀ ਸਾਡਾ ਤਾਂ ਘਰ ਸਾਡੀ ਹਵੇਲੀ ਸੀ ਉਹਨਾਂ ਦੇ ਸਾਹਮਣੇ ਨਾਲ ਹੀ ਇਹ ਘੁਮਾਰਾਂ ਦੇ ਘਰਾਂ ਦੋਹਰੇ ਉਹ ਜਿਹੜੀਆਂ ਉਹਨਾਂ ਦੀਆਂ ਭੱਠੀਆਂ ਸੀ ਤੁਹਾਨੂੰ ਯਾਦ ਹੋਣਾ ਭੱਠੀਆਂ ਦੇ ਉਰਲੇ ਪਾਸੇ ਘਰ ਦੀ ਹਵੇਲੀ ਸੀ ਸਾਡੀ ਖਤਮ ਹੋ ਗਈ ਹੋਣੀ ਆ ਬੜਾ ਚਿਰ ਹੋਇਆ ਸੀਗਾ ਬੋਰਡ ਪੱਤਰੀ ਕਰਦੀ ਆ ਸੁੱਕ ਗਈ ਬੋਰਡ ਵੀ ਉਹ ਅੱਛਾ ਹਾਂਜੀ 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 ਇੱਕ ਬੋਰਡ ਸਾਡੇ ਕੋਲ ਜਿਹੜੀ ਤਗੜਾਂ ਦੇ ਚੋਜ ਵਿੱਚ ਤੋਂ ਬੋਰਡ ਹੁੰਦੀ ਸੀ ਉਹ ਬੋਰਡ ਹੈਗੀ ਹਜੇ ਤੱਕ ਅੱਛਾ ਅੱਛਾ ਤਗੜ ਬਡਾਲੀ ਜਿਹੜੀ ਬੋਰਡ ਸੀਗੀ ਹਾਂਜੀ ਹਾਂਜੀ ਉਹ ਬੜੀ ਵੱਡੀ ਬੋਰਡ ਆ ਪੁਰਾਣੀ ਆ ਉਹ ਹਾਂਜੀ 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 ਜੀ ਜੀ ਕਿਤੇ ਚੱਕਰ ਲਾ ਪਾਕਿਸਤਾਨ ਯਾਰ ਮਿਲ ਜਾ ਫਿਰ ਮੈਂ ਵੀ ਆਵਾਂ ਤੁਹਾਡੇ ਕੋਲ ਇੱਥੇ ਕਰਤਾਰਪੁਰ ਵੀ ਗਿਆ ਸੀਗਾ ਤੇ ਉੱਥੇ ਤੁਹਾਡੇ ਹਿੰਦੁਸਤਾਨ ਦੇ ਬੜੇ ਸਿੱਖ ਆਏ ਹੋਏ ਸੀਗੇ ਮੈਂ ਸਾਰਿਆਂ ਨੇ ਪੁੱਛਿਆ ਕੋਈ ਸਿੱਕਰੀ ਦਾ ਬੰਦਾ ਕੋਈ ਲਾਗਲੇ ਪਿੰਡਾਂ ਦਾ ਕੋਈ ਨੀ ਮੈਨੂੰ ਮਿਲਿਆ ਉੱਥੇ ਪਿਛਲੇ ਸਾਲ ਮਾਰੇ ਬਾਬਾ ਜੀ ਗਏ ਸੀ ਸਾਡੇ ਮੇਰੇ ਗੁਆਂਢੀ ਗਏ ਸੀਗੇ ਆਪਣੇ ਮੁੰਡੇ ਤੇ ਉਹ ਫਿਰ ਕਿਤੇ ਇੱਧਰ ਉੱਧਰ ਮਹੀਨਾ ਇੱਕ ਅੱਧਾ ਅੱਗੇ ਪਿੱਛੇ ਹੋ ਗਿਆ ਹੁਣ ਦਿਨ ਪਤਾ ਨਹੀਂ ਫਿਰ ਉਹ ਹੁਣ ਮੈਂ ਤੇ ਸਾਰੀ ਦਿਹਾੜੀ ਉੱਥੇ ਗੁਜ਼ਾਰੀ ਸਾਰੇ ਮੈਂ ਪੁੱਛਦਾ ਰਿਹਾ ਮੈਂ ਕੋਈ ਸਿੱਖ ਦਾ ਹੋਵੇ ਕੋਈ ਭਲਾਣੇ ਦਾ ਹੋਵੇ ਕੋਈ ਲਾਗਲੇ ਪਿੰਡ ਦਾ ਹੋਵੇ ਚਲੋ ਉਹ ਬੰਦਾ ਹਾਂ ਜੀ ਹਾਂ ਜੀ ਹਾਂ ਜੀ 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 ਯਾਰ ਕਿਤੇ ਚੱਕਰ ਲਾਓ ਫਿਰ ਇੱਕ ਵਾਰੀ ਜੀ ਜੀ ਹੈ ਮਹੀਨੇ ਤੋਂ ਬਾਅਦ ਤੁਹਾਡੇ ਕੋਲ ਆਇਆ ਕਰੂਗਾ ਉੱਥੇ ਨਹੀਂ ਬਹੁਤ ਖੁਸ਼ੀ ਹੋਈ ਤੁਹਾਡੇ ਨਾਲ ਗੱਲ ਕਰਕੇ ਮੈਨੂੰ ਸਾਰੇ ਆਪਣੇ ਪਰਿਵਾਰ ਨਾਲ ਕਿਹਾ ਕਹਿੰਦੀ ਤੁਸੀਂ ਬਾਬਾ ਜੀ ਨਾਲ ਗੱਲ ਕਰੋ ਉੱਧਰ ਫਿਰ ਮਾਸਟਰ ਜੀ ਨਾਲ ਗੱਲ ਕੀਤੀ ਰਾਤ ਨੂੰ ਘਰ ਜਾ ਕੇ ਮੈਨੂੰ ਤਾਂ ਯਾਰ ਮਾਸਟਰ ਜੀ ਨੇ ਕਿਹਾ ਮੈਂ ਵੀਰਵਾਰ ਨੂੰ ਗੱਲ ਕਰਾਉਂਗਾ ਹਾਂਜੀ ਹਾਂਜੀ ਅੱਲਾ ਪਾਕ ਤੁਹਾਡੀ ਇੱਜ਼ਤ ਕਰੇ ਬਹੁਤ ਬਹੁਤ ਖੁਸ਼ੀ ਬਹੁਤ ਬਹੁਤ ਖੁਸ਼ੀ ਹੋਈ ਤੁਹਾਡੇ ਨਾਲ ਗੱਲ ਕਰਕੇ ਇੱਕ ਵਾਰੀ ਤੂੰ ਚੱਕਰ ਲਾ ਤਾਂ ਫੇਰ ਮੈਂ ਆਵਾਂਗਾ ਤੁਹਾਡੇ ਕੋਲ ਵੀ ਨਹੀਂ ਨਹੀਂ ਜਰੂਰ ਜਰੂਰ ਤੁਸੀਂ ਸਾਡੇ ਬਾਬਿਆਂ ਦੀ ਉਮਰ ਦੇ ਹੈਗੇ ਆ ਉਹ ਵੀ 80-82 ਸਾਲ ਦੇ ਠੀਕ ਹੈ ਨਾ ਜੀ ਹਾਂਜੀ ਹਾਂਜੀ ਠੀਕ ਹੈ ਬਜ਼ੁਰਗ ਹੈਗੇ ਆ ਹੁਣ ਤੁਹਾਡੇ ਨਾਲ ਦੇ ਉਮਰ ਦੇ ਬਹੁਤ ਘੱਟ ਰਹਿ ਗਏ ਉਹ ਪਿੰਡ ਦੇ ਵਿੱਚ 80-82 ਸਾਲ ਵਾਲੇ ਬਹੁਤ ਘੱਟ ਰਹਿ ਗਏ ਉਹ ਹਾਂਜੀ ਹਾਂਜੀ ਭਾਜੀ ਸੀਸੋ ਨਾਂ ਸੁਣਿਆ ਤੁਸੀਂ ਉਸ ਫੈਮਿਲੀ ਚੋਂ ਪੂਰਨ ਸਿੰਘ ਹੋਣਾ ਦੀ ਸਿਸਟਰ ਉਹ ਸੁਰਜਨ ਸਿੰਘ ਹੋਣਾ ਦੀ ਭੈਣ ਆ ਮੇਰੇ ਖਿਆਲ ਉਹ ਸੁਰਜਨ ਸਿੰਘ ਹੋਣਾ ਦੀ ਭੈਣ ਆ ਸੀਸੋ ਸੀਸੋ ਤਾਂ ਮੀਤੋ ਸੀਗੀ ਮੀਤੋ ਕਹਿੰਦੇ ਮਰ ਗਈ ਆ ਤੇ ਸੀਸੋ ਹੈਗੀ ਕਹਿੰਦੇ ਪੋਤਾ ਹੈਗਾ ਨਾ ਬਾਬਾ ਜੀ ਉਹ ਗੱਲ ਕਰ ਲੂ ਸੁਰਜਨ ਸਿੰਘ ਦਾ ਪੋਤਾ ਕਨੇਡਾ ਉਹਨੂੰ ਮੈਂ ਵੀਡੀਓ ਭੇਜੀ ਹੋਆ ਤੁਹਾਡੀ
ਠੀਕ ਹੈ ਜੀ ਹਾਂ 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 ਮੇਰੇ ਵੱਲੋਂ ਬਾਬਾ ਜੀ ਨੂੰ ਫਿਰ ਪੈਰੀ ਪੈਣਾ ਕਹਿ ਦਿਓ ਮੱਥਾ ਟੇਕ ਲੈ ਠੀਕ ਹੈ ਜੀ ਠੀਕ ਹੈ ਜੀ ਓਕੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਓਕੇ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭੇਜ ਦਿੰਦੇ ਆ ਨੰਬਰ ਠੀਕ ਆ ਭੇਜ ਦਿੰਦੇ ਆ ਨੰਬਰ ਠੀਕ ਆ ਜੀ ਥੈਂਕ ਯੂ ਜੀ ਹਾਂ ਜੀ ਹਾਂ ਜੀ ਦੱਸਣਾ ਜੀ ਉਹ ਨੰਬਰ ਹੁਣ ਤੁਸੀਂ ਹਾਂ ਦੇਖ ਲਓ ਸਾਡੇ ਬਜ਼ੁਰਗਾਂ ਨਾਲ ਟੀਕਰੀ ਨੂੰ ਯਾਦ ਕੀਤਾ ਬੜੀ ਖੁਸ਼ੀ ਹੋਈ ਸਾਰੇ ਪਿੰਡ ਨੇ ਦੇਖ ਲਈ ਹੈ ਵੀਡੀਓ ਇਹਨਾਂ ਦੀ ਜਿੱਥੇ ਜੰਮੇ ਪਲੇ ਆ ਚਾਚੇ ਮੇਰੇ ਸੀਗੇ ਦਿਲ ਤਾਂ ਕਰਦਾ ਬੜਾ ਤੁਹਾਨੂੰ ਮਿਲਣ ਨੂੰ ਬੇਟੇ ਬੜਾ ਦਿਲ ਕਰਦਾ ਮਿਲਣ ਨੂੰ ਮਿਲਦੇ ਆ ਜੀ ਅਸੀਂ ਬਣਾਉਂਦੇ ਆ ਪ੍ਰੋਗਰਾਮ ਇੱਥੇ ਆਵਾਂਗੇ ਤੁਹਾਡੇ ਕੋਲ ਜੀ ਜ਼ਰੂਰ ਇੱਕ ਵਾਰ ਬਿਲਕੁਲ ਬਿਲਕੁਲ ਬਾਬਾ ਜੀ ਬੜੀ ਖੁਸ਼ੀ ਹੋਈ ਤੁਹਾਨੂੰ ਦੇਖ ਕੇ ਤੇ ਸਾਡੇ ਨਗਰ ਦੇ ਜਿਹੜੇ ਹੈਗੇ ਆ ਸਾਡੇ ਜੰਮਪਲ ਜਿਹੜੇ ਸਾਡੇ ਬਜ਼ੁਰਗ ਹੈਗੇ ਉੱਥੇ ਪਾਕਿਸਤਾਨ 'ਚ ਬੈਠੇ ਆ ਪਾਰਟੀਸ਼ਨ ਆ ਏਦਾਂ ਦੇ ਹਾਲਾਤ ਕਰਦੇ ਵੀ ਬਜ਼ੁਰਗ ਤੋਂ ਬਜ਼ੁਰਗ ਪਛੜਤੇ ਭਰਾ ਤੋਂ ਭਰਾ ਛੋੜਤੇ ਤੁਹਾਡੇ ਮੈਂ ਤਾਂ ਇਹ ਲਗਭਗ ਇੱਕ ਸਾਲ ਤੋਂ ਲੱਗਾ ਸੀ ਵੀਡੀਓ ਦੇਖਣ ਪਰ ਮੈਨੂੰ ਤੁਹਾਡੀ ਸਟੀਕਰੀ ਵਾਲੀ ਕੋਈ ਵੀਡੀਓ ਨਹੀਂ ਸੀ ਮਿਲਦੀ ਆ ਤੁਹਾਡੀਆਂ ਮਾਸਟਰ ਜੀ ਨਾਲ ਉਦੋਂ ਵੀਡੀਓ ਪਾਈ ਤਾਂ ਮੈਂ ਦਫ਼ਤਰ ਬੈਠੇ ਨੇ ਦੇਖੀ ਤੁਹਾਡੀ ਵੀਡੀਓ ਮੇਰੀ ਵੀਰਵਾਰ ਦੀ ਸੀ ਮੈਂ ਵੀਰਵਾਰ ਨੂੰ ਗੱਲ ਕਰੂੰਗਾ ਤੁਹਾਡੇ ਨਾਲ ਠੀਕ ਹੈ ਜੀ ਠੀਕ ਹਾਂਜੀ ਹਾਂਜੀ ਹੋਰ ਬਜ਼ੁਰਗਾਂ ਨਾਲ ਗੱਲ ਕਰ ਲੋ ਬਾਬਾ ਜੀ ਕਿੱਦਾਂ ਹੁਣ ਤੁਹਾਡੀ ਸਿਹਤ ਕਿੱਦਾਂ ਠੀਕ ਹੈ ਸਿਹਤ ਬਿਲਕੁਲ ਠੀਕ ਠਾਕ ਹੈ ਬੇਟੇ ਅਲਹਮਦੁਲਿਲਾ ਤੁਹਾਨੂੰ ਦੇਖ ਕੇ ਜਵਾਨ ਹੋ ਗਿਆ ਬਹੁਤ ਹੈਗੀ ਦੇਖ ਕੇ ਮਨ ਕਰਦਾ ਸੀ ਏਦਾਂ ਹੁਣੇ ਜਾ ਹੋ ਜਾ ਉੱਥੇ ਬਿਲਕੁਲ ਪਰ ਹੁਣ ਤੁਹਾਨੂੰ ਮਜ਼ਬੂਰੀਆਂ ਸਾਰੀਆਂ ਸਾਰਾ ਕੁਛ ਦੇਖਣਾ ਪੈਂਦਾ ਨਾ ਜੀ ਮੈਂ ਖੂਹ ਸੀਗਾ ਮੈਂ ਕਿਹਾ ਪੂਰਤਾ ਹੁਣ ਬੋਰਡ ਵੀ ਹੈ ਨੀ ਖੂਹ ਪੂਰਤਾ ਆ ਹਾਂਜੀ ਹੁਣ ਚੇਂਜ ਹੋ ਗਿਆ ਨਕਸ਼ਾ ਜੀ ਸਾਰਾ ਸਾਰਾ ਬਦਲ ਗਿਆ ਬਾਬਾ ਜੀ ਸਾਰਾ ਸੀਕਰੀ ਬਦਲ ਗਈ ਜੂ ਆ ਸਾਰੀ ਸੀਕਰੀ ਬਦਲ ਗਈ ਜੂ ਆ ਆ ਬਾਬਾ ਜੀ ਦੇ ਬੇਟੇ ਆ ਜੀ ਪਿੰਡ ਉਦਾਂ ਹੀ ਆ ਪਿੰਡ ਅੱਗੇ ਨਾਲੋਂ ਵੀ ਬਹੁਤ ਵੱਡਾ ਹੋ ਗਿਆ ਅੱਛਾ ਆ ਬਾਬਾ ਜੀ ਦੇ ਅੱਛਾ ਅੱਛਾ ਇਹ ਡਾਕਟਰ ਸਾਹਿਬ ਬਾਬਾ ਜੀ ਦੇ ਬੇਟਾ ਇਹ ਡਾਕਟਰ ਸਾਹਿਬ ਨਹੀਂ ਡਾਕਟਰ ਸਾਹਿਬ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਗੱਲ ਕਰ ਸਤਿ ਸ਼੍ਰੀ ਅਕਾਲ ਮੈਂ ਨਾ ਮੇਰਾ ਨਾਮ ਯੂਸਫ ਆ ਤੇ ਮੈਂ ਨਾ ਇਹਨਾਂ ਦੇ ਬੜੇ ਬੇਟੇ ਤੋਂ ਛੋਟਾ ਬੇਟਾ ਹੈ ਨਾ ਇਸਲਾਮਾਬਾਦ ਰਹਿਣਾ ਤੇ ਮੇਰੇ ਕੋਲ ਹੀ ਹੁੰਦਾ ਨਾ ਫਿਰ ਅੱਗੇ ਵੀ ਉਹ ਵੀਡੀਓ ਇਸੇ ਨੰਬਰ ਤੋਂ ਹੋਈ ਸੀ ਰਿਕਾਰਡ ਨਾ ਜਿਹੜੇ ਸਭ ਤੋਂ ਛੋਟੇ ਭਾਈ ਹੈ ਨਾ ਮੇਰੇ ਡਾਕਟਰ ਸਾਹਿਬ ਉਹ ਲੰਡਨ ਹੈ ਯੂਕੇ ਨੇ ਜੀ 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 ਤੇ ਉਹ ਨਾ ਅਸਲ ਚ ਹੁਣ ਬਾਬਾ ਜੀ ਦਾ ਇਰਾਦਾ ਵੀ ਚਲੋ ਜਿਹੜੀ ਸਾਡੀ ਭੂਆ ਸੀ ਮੀਤੋ ਤੇ ਫੌਤ ਹੋ ਗਈ ਤੇ ਜਿਹੜੀ ਸੀਸੋ ਆ ਉਹਦੇ ਨਾਲ ਅਗਰ ਗੱਲ ਹੋ ਜਾਵੇ ਨਾ ਤੇ ਚਲੋ ਥੋੜਾ ਜਿਹਾ ਜੀ ਜੀ
ਛੋਟੀ ਭੈਣ ਰਹਿੰਦੀ ਆ ਉੱਥੇ ਨਾ, ਤੇ ਬਾਬਾ ਜੀ ਉੱਥੇ ਆ ਜਾਣਗੇ, ਤੇ ਉੱਥੋਂ ਨਨਕਾਣਾ ਸਾਹਿਬ ਤੋਂ ਕੋਈ ਅੱਧੇ ਘੰਟੇ ਦਾ ਸਫ਼ਰ ਹੈ ਨਾ। ਦੂਸਰਾ ਇਹ ਹੈ ਕਿ ਫਿਰ ਇੱਧਰ ਵੀ ਆਉਣਾ ਹੋਇਆ ਤਾਂ ਕੋਈ ਮਸਲਾ ਨਹੀਂ ਹੈ, ਸਿੱਧੀਆਂ ਆਪਣਾ ਰੋਡ ਵੀ ਸਿੱਧੇ ਹੀ ਆ, ਕੋਈ ਕਿਸੇ ਕਿਸਮ ਦਾ ਕੋਈ ਮਸਲਾ ਨਹੀਂ ਹੋਏਗਾ। ਅਤੇ ਬਾਬਾ ਜੀ ਕੋਈ ਜਦੋਂ ਵੀ ਅਸੀਂ ਤਾਂ ਜਦੋਂ ਦੇ ਅਸੀਂ ਪੈਦਾ ਹੋਏ ਸੁਣਦੇ ਰਹੇ ਹਾਂ, ਬਾਬਾ ਜੀ ਕੋਈ ਸਾਡਾ ਉਹ ਸੀ ਲੇਕਿਨ ਉਹ ਪਹਿਲੀ ਦਫ਼ਾ ਹੋਇਆ ਕਿ ਚਲੋ ਦਰਸ਼ਨ ਤੁਹਾਡਾ ਅਸੀਂ ਕਰ ਲਿਆ, ਤੁਸੀਂ ਸਾਡਾ ਦਰਸ਼ਨ ਕਰ ਲਿਆ ਤੇ ਰਾਬਤਾ ਰਹਿ ਗਿਆ। 70 ਸਾਲਾਂ ਬਾਅਦ ਜਿਹੜੀ ਹੈਗੀ ਆ ਗੱਲ ਹੋਈ ਆ ਇਹਨਾਂ ਦੀ, ਜੀ ਜੀ ਸੀਕਰੀ ਵਾਲੇ ਨਾਲ 70-75 ਸਾਲ ਬਾਅਦ ਗੱਲ ਹੋਈ ਆ। ਜੀ ਜੀ ਹਾਂ ਬਿਲਕੁਲ ਜੀ ਬਿਲਕੁਲ। ਹਾਂ ਜੀ, ਉਹ ਇੱਥੇ ਅਜੇ ਵੀ ਨਾ ਲੋਕ ਸਾਨੂੰ ਉਹ ਸੀਕਰੀ ਵਾਲੇ ਕਹਿੰਦੇ ਨਾ, ਇੱਥੇ ਕੋਈ ਸੀਕਰੀ ਵਾਲੇ ਕਹਿੰਦੇ ਬਿਲਕੁਲ ਜੀ ਠੀਕ ਹੈ ਜੀ। ਜਦੋਂ ਵੀ ਨਾਂ ਲੈਂਦੇ ਨੇ ਹੁਣ ਵੀ ਡਾਕਟਰ ਸਾਹਿਬ, ਹੁਣ ਵੀ ਜਿਹੜੇ ਹੈਗੇ ਨਾ ਸਾਡੇ ਨਾਂ ਦੇ ਮਗਰ ਸਾਰੇ ਸੀਕਰੀ ਲਾਉਂਦੇ ਆ। ਜੀ ਜੀ ਸੀਕਰੀ ਲਾਉਂਦੇ ਆ ਬਿਲਕੁਲ ਇਸ ਤਰ੍ਹਾਂ ਹੀ।